ਬੀਤੇ 2 ਦਿਨ ਪਹਿਲਾਂ ਡੇਰਾਬਸੀ ਦੇ ਵਿੱਚ ਹੋਏ ਫਾਇਰਿੰਗ ਮਾਮਲੇ ਨੂੰ ਲੈ ਕੇ ਹੁਣ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ, ਜਿਹਦੇ ਵਿੱਚ ਪੁਲਿਸ ਨੇ 3 ਨਾਬਾਲਿਗ ਕਾਬੂ ਕੀਤੇ ਗਏ। ਹਾਲਾਂਕਿ ਇੱਕ ਹਸਪਤਾਲ ਦੇ ਬਾਹਰ ਫਾਇਰਿੰਗ ਕੀਤੀ ਸੀ, ਹਵਾਈ ਫਾਇਰਿੰਗ ਕੀਤੀ ਸੀ, ਔਰ ਇੱਕ ਲੈਟਰ ਵੀ ਦੇ ਕੇ ਗਈ ਸੀ ਕਿ ਅਸੀਂ ਕੌਸ਼ਲ ਚੌਧਰੀ ਦੀ ਗੈਂਗ ਦੇ ਨੇ ਤੇ ਸਾਨੂੰ ਵਟਸਐਪ ਨੰਬਰ ਤੇ ਕਾਲ ਕਰੋ, ਅੱਜ ਇੱਕ ਗੋਲੀ ਚੱਲੀ ਹੈ ਤੇ ਕੱਲ ਨੂੰ 101 ਗੋਲੀਆਂ ਵੀ ਚੱਲ ਸਕਦੀਆਂ। ਹਾਲਾਂਕਿ ਵੱਡੀ ਸਫਲਤਾ ਹਾਸਿਲ ਹੋਈ ਹੈ CIA ਮੋਹਾਲੀ ਨੂੰ। ਸਾਡੇ ਨਾਲ ਸੀਨੀਅਰ ਆਫਿਸਰ ਨੇ, ਡਿਪਟੀ ਸੁਪਰਡੈਂਡੈਂਟ ਆਫ ਪੁਲਿਸ ਹਰਜਿੰਦਰ ਜੀ, ਕਿਉਂਕਿ ਇਹ ਪੂਰਾ ਮਾਮਲਾ ਜਦ ਆਇਆ ਸੀਗਾ ਦਿਨ ਦਿਹਾੜੇ ਇਸ ਤਰ੍ਹਾਂ ਦੀ ਫਾਇਰਿੰਗ ਹੋਈ ਸੀ, ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰਦੇ ਹੋਏ ਕਿਸ ਤਰ੍ਹਾਂ ਦੀ ਚੀਜ਼ਾਂ ਨਿਕਲੀਆਂ ਤੇ ਕਿੰਨੇ ਕਾਬੂ ਕੀਤੇ? ਇਹ 20 ਜੁਲਾਈ ਨੂੰ ਆਪਣੇ ਅਪੋਲੋ ਹਸਪੀਟਲ, ਜਿਵੇਂ ਸਾਨੂੰ ਪਤਾ ਹੀ ਹੈ, ਇੱਕ ਫਾਇਰਿੰਗ ਇੰਸੀਡੈਂਟ ਹੋਇਆ ਸੀ ਜਿਹਦੇ 3 ਮੁੰਡੇ ਆਏ ਸੀਗੇ ਤੇ 2 ਲੜਕੇ ਅੰਦਰ ਜਾ ਕੇ ਪਹਿਲਾਂ ਉਹਨਾਂ ਨੇ ਇੱਕ ਸਲਿੱਪ ਜਿਹੜੀ ਹੈ ਧਮਕੀ ਵਾਲਾ ਨੋਟ ਫੜਾਇਆ ਸੀਗਾ ਤੇ ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਹਨਾਂ ਨੇ ਫਾਇਰ ਕੀਤਾ ਬਾਹਰ ਆ ਕੇ ਜੀ। ਸੋ ਇਹਨੂੰ ਆਪਣੀ ਟੀਮਸ ਨੇ ਇਮੀਡੀਏਟਲੀ ਰਿਸਪੋਂਡ ਕਰਦੇ ਹੋਏ, ਸਾਡੀ CA ਟੀਮ ਨੇ ਇਨਵੈਸਟੀਗੇਸ਼ਨ ਇਹਨੂੰ ਕੀਤਾ ਤੇ ਜਿਹੜੇ 3 ਮੁੰਡੇ ਹੈ ਉਹਨੂੰ ਰਾਊਂਡ ਅਪ ਕੀਤਾ ਗਿਆ। ਤਾਂ ਉਹ ਤੋਂ ਬਾਅਦ ਪਤਾ ਲੱਗਿਆ ਵੀ ਇਹ 3 ਮੁੰਡੇ ਜਿਹੜੇ ਨਾਬਾਲਗ ਨੇ, ਜਿਹੜਾ ਮੇਨ ਦੋਸ਼ੀ ਸੀਗਾ ਜਿਹਨੇ ਫਾਇਰਿੰਗ ਵੀ ਕੀਤੀ ਹੈਗੀ ਆ। ਸੋ ਉਹਦੇ 'ਤੇ ਪਹਿਲਾਂ ਹੀ ਡੇਰਾਬਸੀ ਆਲਰੇਡੀ 307 ਦਾ ਇੱਕ ਪਰਚਾ ਸੀਗਾ, ਪਿਛਲੇ ਸਾਲ ਉਹਨਾਂ ਦੇ ਇੱਕ ਓਪੋਜੀਸ਼ਨ ਗਰੁੱਪ ਦੇ ਅਗੇਂਸਟ ਉਹਨਾਂ ਨੇ ਇੱਕ ਵਿਆਹ 'ਚ ਉਹਨਾਂ ਦੇ ਅਗੇਂਸਟ ਫਾਇਰ ਕੀਤਾ ਸੀਗਾ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਇਹ ਬੇਲ 'ਤੇ ਬਾਹਰ ਸੀਗਾ ਅਤੇ ਬਾਕੀ ਮੁੰਡਿਆਂ 'ਤੇ ਹਾਲੇ ਫਿਲਹਾਲ ਕੋਈ ਕ੍ਰਿਮੀਨਲ ਰਿਕਾਰਡ ਤਾਂ ਸਾਹਮਣੇ ਨਹੀਂ ਆਇਆ, ਬਟ ਇਹਦੇ ਨਾਲ ਸੰਬੰਧਿਤ ਸੀਗੇ। ਸੋ ਇਹਨਾਂ ਦੇ ਨਾਲ, ਕਿਉਂਕਿ ਇਹ ਪਹਿਲਾਂ ਵੀ ਜੇਲ੍ਹ 'ਚ ਰਿਹਾ ਜਾਂ ਹੋਰ ਵੀ ਇਹਦੇ ਮਾੜੇ ਬੰਦਿਆਂ ਨਾਲ ਤਾਲੁਕਾ ਸੀਗੇ, ਸੋ ਇਹਦਾ ਸੰਪਰਕ ਫਿਰ ਜਿਹੜਾ ਕੌਸ਼ਲ ਗੈਂਗ ਦੇ ਨਾਲ ਹੋਇਆ, ਜਿੱਥੇ ਇਹਨਾਂ ਦਾ ਸੰਪਰਕ ਸਿੱਧਾ ਕੌਸ਼ਲ ਨਾਲ ਵੀ ਗੱਲ ਹੋਈ ਆ। ਉਸ ਤੋਂ ਬਾਅਦ ਜਿਹੜਾ ਹੈ ਕਿ ਉਹ ਕੌਸ਼ਲ ਗੈਂਗ ਵੱਲੋਂ ਹੀ ਇਹਨਾਂ ਨੂੰ ਇਹ ਟਾਰਗੇਟ ਦਿੱਤਾ ਗਿਆ ਸੀਗਾ, ਜਿਸ ਦੇ ਉਪਰੰਤ ਚੱਲਦੇ ਇਹਨਾਂ ਨੇ ਫਿਰ ਜਿਹੜਾ ਹੈਗਾ ਉਸ ਦਿਨ 20 ਤਰੀਕ ਨੂੰ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਨਿਕਲ ਆਇਆ ਇਹਨਾਂ ਨੇ ਕੋਈ ਰੈਕੀ ਕੀਤੀ ਹੈ ਤੇ ਵੈਪਨ ਕਿੱਥੋਂ ਹੈ? ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਜੀ, ਇਹ ਲੋਕਲ ਵੈਸੇ ਹੀ ਬਿਲੋਂਗ ਕਰਦੇ ਸੀਗੇ, ਸੋ ਇਹਨਾਂ ਨੂੰ ਏਰੀਆ ਦੀ ਪੂਰੀ ਭਲੀ ਭਾਂਤੀ ਜਾਣੂ ਸੀਗੇ। ਸੋ ਉਸ ਤੋਂ ਬਾਅਦ ਜਦ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀਗਾ ਤਾਂ ਫਿਰ ਉਹ ਤੋਂ ਬਾਅਦ ਜਿਹੜਾ ਵੈਪਨ ਹੈਗਾ ਇਹਨਾਂ ਨੂੰ ਗੈਂਗ ਵੱਲੋਂ ਹੀ ਪ੍ਰੋਵਾਈਡ ਕੀਤਾ ਗਿਆ ਸੀਗਾ, ਉਹ 2 ਮਹੀਨੇ ਪਹਿਲਾਂ ਆ ਗਿਆ ਸੀਗਾ। ਸੋ ਇਹਨਾਂ ਨੂੰ ਦੱਸਿਆ ਗਿਆ ਸੀ ਵੀ ਤੁਹਾਨੂੰ ਟਾਰਗੇਟ ਦਿੱਤਾ ਜਾਏਗਾ ਤਾਂ ਤੁਸੀਂ ਉੱਥੇ ਯੂਜ਼ ਕਰਨਾ ਹੈਗਾ। ਸੋ ਉਹ ਤੋਂ ਬਾਅਦ ਇਹਨਾਂ ਨੂੰ ਰੀਸੈਂਟਲੀ ਇਹਨਾਂ ਨੂੰ ਟਾਰਗੇਟ ਮਿਲਿਆ, ਜਿਸ ਦੇ ਉਪਰੰਤ ਇਹਨਾਂ ਨੇ ਇਸ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਭੱਜੇ ਸੀਗੇ? ਕਿਉਂਕਿ ਸੈਚਰਡੇ ਸੰਡੇ ਮੰਡੇ ਦੇ ਵਿੱਚ, ਕਿਉਂਕਿ ਜੀ ਇਹ ਸੀਗੇ ਲੋਕਲ ਡੇਰਾਬਸੀ ਹੀ, ਬਟ ਕਿਉਂਕਿ ਇਹਨਾਂ ਨੂੰ ਨਹੀਂ ਇੰਨਾ ਆਈਡੀਆ ਸੀਗਾ। ਸੋ ਉੱਥੇ ਇੱਕ ਪਾਰਕ ਦੇ ਕੋਲ, ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਵੀ ਉੱਥੇ ਇੱਕ ਪਾਰਕ ਦੇ ਕੋਲ ਹੈਗਾ ਜਿਹੜੇ ਮੁੰਡੇ ਦੇਖੇ ਗਏ ਹੈਗੇ ਨੇ। ਸੋ ਜਿਹੜਾ ਸਾਡੀ ਟੀਮ ਨੇ ਇਮੀਡੀਏਟਲੀ ਰਿਸਪੋਂਡ ਕਰਕੇ ਮੌਕੇ ਤੇ ਪਹੁੰਚ ਕੇ ਇਹਨਾਂ ਰਾਊਂਡ ਅਪ ਕੀਤਾ ਗਿਆ। ਸੋ ਜਿਹੜੇ ਮੌਕੇ ਤੇ ਇਹਨਾਂ ਨੇ ਕੱਪੜੇ ਪਾਏ ਹੋਏ ਸੀਗੇ ਜਾਂ ਹੋਰ ਆ ਜਾਂ ਵਹੀਕਲ ਜਿਹੜਾ ਯੂਜ਼ ਹੋਇਆ ਉਹ ਸਾਰੇ ਟੋਟਲੀ ਇਹਨਾਂ ਕੋਲੋਂ ਰਿਕਵਰ ਕੀਤਾ ਜਾ ਚੁੱਕਿਆ। ਹੁਣ ਤੱਕ ਦੀ ਇਨੀਸ਼ੀਅਲ ਇਨਵੈਸਟੀਗੇਸ਼ਨ ਨੂੰ ਸਾਹਮਣੇ ਆਇਆ, ਹੋਰ ਵੀ ਨੈਕਸਟ ਚੱਲ ਰਿਹਾ ਇਹਨਾਂ ਦਾ, ਕਿਉਂਕਿ ਕੌਸ਼ਲ ਗੈਂਗ ਦਾ ਦੇਖਿਆ ਕਿ ਨਾਬਾਲਿਗ ਜਿਹੜੇ ਹੈਗੇ? ਦੇਖੋ, ਇੱਕ ਦੀ ਤਾਂ ਪਹਿਲਾਂ ਹੀ ਆਲਰੇਡੀ ਕ੍ਰਿਮੀਨਲ ਹਿਸਟਰੀ ਹੈਗੀ ਆ, ਉਪਰੋਂ ਕੌਸ਼ਲ ਗੈਂਗ ਨਾਲ ਜੁੜੇ ਸੀਗੇ, ਤਾਂ ਜੇ ਹੁੰਦਾ ਵੀ ਅੱਜ ਜੇ ਨਹੀਂ ਫੜੇ ਜਾਂਦੇ ਤਾਂ ਹੋ ਸਕਦਾ ਸੀਗਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਗੱਲ ਹੈ। ਤਾਂ ਫਿਲਹਾਲ ਹਲੇ ਇੱਕੋ ਹੀ ਵਾਰਦਾਤ ਜਿਹੜੀ ਆਪਾਂ ਇਹਨਾਂ ਤੋਂ ਕੀਤੀ ਹੈ, ਬਾਕੀ ਪੁੱਛਗਿੱਛ ਚੱਲ ਰਹੀ ਹੈ, ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ। ਹੋਰ ਵੀ ਜੇ ਕੋਈ ਤੱਥ ਸਾਹਮਣੇ ਆਉਣਗੇ ਤੁਹਾਡੇ ਵਿੱਚ। ਵਟਸਐਪ ਨੰਬਰ ਜਿਹੜਾ ਦਿੱਤਾ ਸੀਗਾ ਸਰ, ਉਹ ਸਾਰੀ ਟੈਕਨੀਕਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਇਹ ਕਿਹਦੇ ਕਿਸ ਇੰਟਰਨੈਟ ਦੇ ਕਿਹੜੇ ਮਾਧਿਅਮ ਦੇ ਰਾਹੀਂ ਕੌਸ਼ਲ ਗੈਂਗ ਨਾਲ ਸੰਪਰਕ ਦੇ ਸਿਵੇ ਸੀਗੇ, ਜਿਹੜਾ ਨੰਬਰ ਇਹਨਾਂ ਨੇ ਪਰਚੀ 'ਤੇ ਲਿਖ ਕੇ ਦਿੱਤਾ ਉਹ ਇਸ ਤੋਂ ਉਹ ਕਿਹਦਾ ਨੰਬਰ ਸੀਗਾ, ਉਹ ਟੋਟਲੀ ਹੈ ਜਿਹੜੀ ਹੈ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ। ਹਾਂਜੀ, ਹੋਰ ਵੀ ਕੋਈ ਇਨਵੋਲਵਮੈਂਟ ਸਾਹਮਣੇ? ਫਿਲਹਾਲ ਹਾਲੇ ਨਹੀਂ ਹੈ ਜੀ, ਬਾਕੀ ਡਿਟੇਲ ਪੁੱਛਗਿੱਛ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ, ਜੋ ਸਾਹਮਣੇ ਆਏਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ। ਬਿਲਕੁਲ, ਜਿੱਦਾਂ ਸਰ ਨੇ ਦੱਸਿਆ ਕਿ ਪੂਰਾ ਇੱਕ ਇਨਵੈਸਟੀਗੇਸ਼ਨ ਕੀਤੀ ਗਈ, ਉਹਦੇ ਵਿੱਚ ਕਈ ਚੀਜ਼ਾਂ ਦਾ ਖੁਲਾਸਾ ਹੋ ਰਿਹਾ ਕਿ ਕਿਸ ਤਰ੍ਹਾਂ ਇਹਨਾਂ ਨੇ ਪੂਰਾ ਜਿਹੜਾ ਹੈਗਾ ਇਹ ਪਲਾਨ ਤਰੀਕੇ ਦੇ ਨਾਲ ਉੱਥੇ ਹਸਪਤਾਲ ਦੇ ਪਹੁੰਚਦੇ ਆ, ਉੱਥੇ ਜਿਹੜੀ ਲੈਟਰ ਦਿੰਦੇ ਆ, ਉਸ ਤੋਂ ਬਾਅਦ ਫਾਇਰਿੰਗ ਕਰਕੇ, ਹਵਾਈ ਕਰਕੇ ਫਾਇਰਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਇਹਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਜਿਹੜੇ 3 ਨਾਬਾਲਿਗ ਨੇ 16 ਸਾਲ 17 ਸਾਲ ਇਹ ਸਟੱਡੀ ਕਰਦੇ, ਯਾਨੀ ਕਿ ਪੜ੍ਹਾਈ ਕਰਦੇ, ਲੇਕਿਨ ਇਸ ਤਰ੍ਹਾਂ ਦੀ ਚੀਜ਼ਾਂ 'ਚ ਹੁਣ ਜਿਹੜੇ ਹੈਗੇ ਪੈ ਗਏ, ਕਿਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਬਣਿਆ, ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਹੈ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18 ਪੰਜਾਬ।